ਅਸੀ ਦੇ ਸਿੱਖ ਕਤਲੋਗਾਰਦ ਦਾ ਮੁੱਖ આરોપી ਜਗਦੀਸ਼ ਟੈਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਅਮੰਤ੍ਰਿਤ ਸਦਸੇ ਬਣਾਣਾ ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੰਕਨ ਵਰਗਾ ਹੈ ਅੱਜ ਵੀ ਕਾਂਗਰਸ ਆਪਣੀ ਪੁਰਾਣੇ 40 ਸਾਲਾਂ ਦਾ ਜੜੌੜਾ ਰਿਕਾਰਡ ਹੈ ਸਿੱਖ ਕਤਲੋਗਾਰਤ ਕਰਨ ਵਾਲਿਆਂ ਨੂੰ ਉਹਨਾਂ ਨੇ ਹਮੇਸ਼ਾ ਹੀ ਸਸ਼ੋਭਿਤ ਕੀਤਾ ਮਹਾ ਮੰੰਡਿਤ ਕੀਤਾ ਉਹਨਾਂ ਨੂੰ ਪਾਰਸ਼ਦਾਂ ਤੋਂ ਵਿਧਾਇਕ ਤੇ ਵਿਧਾਇਕਾਂ ਤੋਂ ਐਮਪੀ ਬਣਾਇਆ ਐਮਪੀ ਨੂੰ ਮੰਤਰੀ ਬਣਾਇਆ ਅੱਜ ਵੀ ਸੱਜਨ ਕੁਮਾਰ ਜੀ ਤੇ ਸਿੱਖ ਕਤਲੋਗਾਰਤ ਦਾ ਕੇਸ ਸਾਬਤ ਹੋ ਚੁੱਕਾ ਜੇਲ੍ਹ ਜਗ੍ਹਾ ਉਹ ਕਾਂਗਰਸ ਕਮੇਟੀ ਦਾ ਮੈਂਬਰ ਹੈ ਜਗਦੀਸ਼ ਟੈਟਲਰ ਜਿਹੜਾ ਸਰਿਆਮ ਕਹਿੰਦਾ ਮੈਂ ਸਿੱਖ ਮਾਰਤੇ ਮੇਰਾ ਕੀ ਬਣਿਆ ਉਹ ਵੀ ਕਾਂਗਰਸ ਕਮੇਟੀ ਦਾ ਮੈਂਬਰ ਹੈ ਜਿਨਨੇ ਬਾਰੇ ਚ ਕਮਲਨਾਥ ਦੇ ਬਾਰੇ ਚ ਅਦਾਲਤ ਚ ਬਿਆਨ ਦਰਜ ਹੈ ਕਿ ਉਹ ਗੁਰਦੁਆਰਾ ਸਾਣਨ ਵਾਲੀ ਭੀੜ ਦਾ ਨੇਤ੍ਰਿਤਵ ਕਰ ਰਿਹਾ ਸੀ ਉਹ ਵੀ ਕਾਂਗਰਸ ਕਮੇਟੀ ਚ ਔਰ ਇਹੋ ਹੀ ਕਾਂਗਰਸ ਹੈ ਜਿਨੇ 1984 ਕਤਲੋਗਾਰਧਨ ਕੀਤੀ ਹਰਮੰਦਰ ਸਾਹਿਬ ਤੇ ਟੈਂਕ ਵੀ ਚੜਾਏ ਨਵਜੋਤ ਸਿੰਘ ਸੁਧਜੀਤ ਤੁਹਾਡਾ ਬਿਆਨ ਵੀ ਪਬਲਿਕ ਡੋਮੇਨ ਚ ਹੈ कि ਮੈਂ ਬੜੀ ਮੁਸ਼ਕਲ 84 ਚ ਆਪਣੀ ਜਾਨ ਟ੍ਰੇਨ ਦੇ ਥੱਲੇ ਲੁੱਕ ਕੇ ਬਚਾਈ ਸੀ। ਕੀ ਅੱਜ ਤੁਸੀਂ ਉਸੇ ਪੋਲੀਟੀਕਲ ਪਾਰਟੀ ਦੇ ਪ੍ਰਧਾਨ ਹੋ ਜਿਸ ਪੋਲੀਟੀਕਲ ਪਾਰਟੀ ਨੇ ਸਿੱਖਾਂ ਨੂੰ ਕਤਲੋਗਾਰ ਕੀਤੀ ਸੀ ਔਰ ਅੱਜ ਵੀ ਉਹ ਮਹਾ ਮੰਡਿਤ ਕਰ ਰਹੀ ਹੈ? ਜਵਾਬ ਦੇਨ ਚਰਨਜੀਤ ਸਿੰਘ ਚੰਨੀ ਔਰ PPC ਪ੍ਰੈਜ਼ੀਡੈਂਟ ਨਵਜੋਤ ਸਿੰਘ ਸਿੱਧੂ ਔਰ ਪੰਜਾਬ ਦੇ ਕਾਂਗਰਸ ਦੇ ਲੀਡਰ ਕਿ ਅੱਜ ਉਸ ਸੰਪਰਦਾਇਕ ਪਾਰਟੀ ਜਿਨਨੇ ਸਿੱਖਾਂ ਦੇ ਗਲਿਆਂ ਚ ਲੈ ਪਾਈ ਗੁਰਦੁਆਰੇ ਸਾਡੇ ਗੁਰਦੁਆਰੇ ਤੇ ਟੈਂਕ ਚੜਾਏ ਔਰ ਚੜਾਣ ਵਾਲਿਆਂ ਨੂੰ ਮਹਾ ਮੰੰਡਿਤ ਕੀਤਾ ਸੁਸ਼ੋਭਿਤ ਕੀਤਾ ਅੱਜ ਵੀ ਉਹ ਉਸ ਪਾਰਟੀ ਦੇ ਮੈਂਬਰ ਨੇ ਇਹ ਦੋਹਰਾ ਚਿਹਰਾ ਸੱਤਾ ਦਾ ਲੋਭ ਕੁਰਸੀ ਦਾ ਲੋਭ ਚੀਫ ਮਿਨਿਸਟਰ ਔਰ ਪ੍ਰਧਾਨਗੀ ਦੀ ਕੁਰਸੀ ਦਾ ਲੋਭ ਅਸੀਂ ਸਿੱਖ ਹਥਿਆਰਿਆਂ ਦੀ ਪਾਰਟੀ 'ਚ ਜਾ ਕੇ ਲੀਡਰ ਬਨੇ ਬੈਠੇ ਆਂ ਜਨਤਾ ਨੂੰ ਸਪਸ਼ਟ ਕਰੋ ਆਪਣਾ ਸਟੈਂਡ ਦੱਸੋ